ਪੰਜਾਬ ਸਮੇਤ ਪੂਰੇ ਉੱਤਰ ਭਾਰਤ 'ਚ ਭਾਰੀ ਮਾਤਰਾ 'ਚ ਬਰਸਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ 'ਚ ਹਾਈ ਅਲਰਟ ਘੋਸ਼ਿਤ ਕੀਤਾ ਗਿਆ ਅਤੇ ਨਾਲੇ ਹੀ ਚੰਡੀਗੜ੍ਹ 'ਚ ਪੰਜਾਬ CM ਵੱਲੋਂ ਅੱਜ ਇੱਕ ਮੀਟਿੰਗ ਬੁਲਾਈ ਗਈ ਜਿੱਥੇ ਵੱਖੋ ਵੱਖ ਡਿਪਾਰਟਮੈਂਟਸ ਨੂੰ ਕਾਫੀ ਕੁਝ ਹਦਾਇਤਾਂ ਦਿੱਤੀਆਂ ਗਈਆਂ ਨੇ। ਤੁਹਾਨੂੰ ਦੱਸ ਦਈਏ ਪਹਿਲੀ ਹਦਾਇਤ ਪੰਜਾਬ CM ਵੱਲੋਂ ਇਹ ਦਿੱਤੀ ਗਈ ਹੈ ਕਿ ਸਕੂਲ ਅਤੇ ਕਾਲਜ ਜਿੰਨੇ ਵੀ ਨੇ ਪੰਜਾਬ 'ਚ ਉਹ ਬੰਦ ਕੀਤੇ ਜਾਣਗੇ ਬਰਸਾਤ ਕਰਕੇ ਬਾੜ ਵਰਗੀ ਆਸ਼ੰਕਾ ਨੂੰ ਮੱਦੇਨਜ਼ਰ ਰੱਖਦੇ ਹੋਏ ਆਰਮੀ ਨੂੰ ਸਟੈਂਡ ਬਾਏ 'ਤੇ ਰੱਖਿਆ ਗਿਆ ਹੈ। ਨਾਲੇ ਹੀ FCR ਯਾਨੀ ਕਿ ਫਾਈਨੈਂਸ਼ੀਅਲ ਕਮਿਸ਼ਨਰ ਰੈਵੇਨਿਊ ਨੂੰ ਇਹ ਕਿਹਾ ਗਿਆ ਕਿ ਬਿਊਰਾ ਲਿੱਤਾ ਜਾਵੇ ਕਿ ਪੰਜਾਬ 'ਚ ਬਰਸਾਤ ਕਰਕੇ ਫਸਲੀ ਨੁਕਸਾਨ ਕਿੰਨਾ ਕੁ ਹੋਇਆ, ਬਰਸਾਤ ਕਰਕੇ ਬਿਮਾਰੀਆਂ ਵੀ ਪਨਪ ਸਕਦੀਆਂ ਨੇ, ਉਹਨੂੰ ਮੱਦੇਨਜ਼ਰ ਰੱਖਦੇ ਹੋਏ ਸਿਹਤ ਵਿਭਾਗ ਨੂੰ ਇਹ ਕਿਹਾ ਗਿਆ ਕਿ ਵੱਖੋ ਵੱਖ ਥਾਵਾਂ 'ਤੇ ਹੈਲਥ ਕੈਂਪ ਲਾਏ ਜਾਣ ਤਾਂ ਕਿ ਜਿਹੜੇ ਕਿ ਕੋਈ ਬਿਮਾਰੀ ਵਗੈਰਾ ਜੇ ਕੋਈ ਪਨਪ ਜਾਏ ਬਰਸਾਤ ਕਰਕੇ ਉਹਨੂੰ ਪਹਿਲਾਂ ਹੀ ਟਰੇਸ ਕੀਤਾ ਜਾਵੇ। ਅਤੇ ਨਾਲੇ ਹੀ ਜਿੰਨੇ ਵੀ ਵਿਭਾਗ ਨੇ ਜਿਵੇਂ ਕਿ FCR ਜਾਂ ਸਿਹਤ ਵਿਭਾਗ, ਇਹਨਾਂ ਨੂੰ ਇਹ ਵੀ ਆਦੇਸ਼ ਦਿੱਤੇ ਗਏ ਨੇ ਜੇ ਇਹਨਾਂ ਨੂੰ ਲੋੜ ਪਵੇ ਤਾਂ ਆਰਮੀ ਅਤੇ ਪੈਰਾਮਿਲਟਰੀ ਫੋਰਸਿਸ ਦੀ ਇਹ ਮਦਦ ਵੀ ਲੈ ਸਕਦੇ ਨੇ। ਕੈਮਰਾਮੈਨ CR ਦੇ ਨਾਲ ਅਨਮੋਲ ਸਿੰਘ ਗੁਲਾਟੀ, ਦੈਨਿਕ ਸਵੇਰਾ, ਚੰਡੀਗੜ੍ਹ।